देश के पूर्व प्रधानमंत्री स्वर्गीय श्रीमती इंदिरा गांधी की हत्या के आरोप में फांसी की सजा प्राप्त भाई सतवंत खेहर सिंह के निमित्त रखवाए गए श्री अखंड पाठ साहिब जी के भोग डाले गए। सचखंड श्री हरिमंदिर साहिब जी की परिक्रमा में स्थित एक गुरुद्वारा साहिब में भोग डाला गया। इस मौके पर सचखंड श्री हरिमंदिर साहिब के ग्रंथी सिंह ने सतवंत सिंह के दोस्त और माता को स्रोपा भेंट कर सम्मानित किया। इस मौके पर SGPC के कई अधिकारियों के अलावा श्रोमणी अकाली दल के सदस्य भी मौजूद रहे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵਰਿਆਮ ਸਿੰਘ ਅਗਵਾਨ, ਭਰਾਤਾ ਭਾਈ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ, ਅੱਜ ਦਾ ਸ਼ਹੀਦੀ ਦਿਹਾੜਾ ਭਾਈ ਸਤਵੰਤ ਸਿੰਘ ਦਾ 29ਵਾਂ ਸ਼ਹੀਦੀ ਦਿਹਾੜਾ ਹੈ, ਉਹਨਾਂ ਦੀ ਸਿੰਘਣੀ ਦਾ 17ਵਾਂ ਸ਼ਹੀਦੀ ਦਿਹਾੜਾ ਹੈ। ਇਹ ਬੜਾ ਸਿੱਖੀ ਜਜ਼ਬਾਤਾਂ ਔਰ ਸਾਰੀ ਕੌਮ ਰਲ ਕੇ ਸਾਰੀਆਂ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਦਮਦਮੀ ਟਕਸਾਲ ਪੂਰਾ ਪੰਥ ਇੱਕ ਜਗ੍ਹਾ ਇਕੱਠਾ ਹੋ ਕੇ ਉਹਨੂੰ ਪਿੰਡ ਅਗਵਾਨ ਖੁਰਦ ਬੜਾ ਜੰਗੀ ਪੱਧਰ 'ਤੇ ਮਨਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਪਿਆਰ ਕੌਰ, ਹਾਂਜੀ, ਬਹੁਤ ਮਹਾਰਾਜ ਦੀ ਕਿਰਪਾ ਹੈ, ਸਤਿਗੁਰ ਦੀ ਜੀਆਂ 'ਤੇ ਬਾਣੀ ਨਾਲ ਜੁੜੇ ਨੇ। ਮੈਨੂੰ ਬਹੁਤ ਫਿਕਰ ਆ ਵੀ ਮੇਰੇ ਪੁੱਤਰ ਨੇ ਗੁਰੂ ਘਰ ਤੋਂ ਬਦਲਾ ਲਿਆ, ਮੌਤ 'ਤੇ ਜਾਂਦਿਆਂ ਵੀ ਹੋ ਜਾਂਦੀ ਹੈ। ਬਹੁਤ ਮੈਨੂੰ ਇਸ ਗੱਲ ਦਾ ਮਾਣ ਅਤੇ ਸਤਿਕਾਰ ਸਾਧ ਸੰਗਤ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ।